ਅੱਜ ਦੋਸਤੋ ਇੰਗਲੈਂਡ ਵਾਲੇ ਫੂਡ ਟਰੈਕਟਰ ਦੇ ਦੋ ਜ਼ੌਹਰੀਆਂ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ ਤੇ ਜਿਹੜਾ ਟਰੈਕਟਰ ਆ ਜੇ ਆਪਾਂ ਸਭ ਤੋਂ ਪਹਿਲਾਂ ਟਰੈਕਟਰ ਦੀ ਗੱਲ ਕਰੀਏ ਤਾਂ 1968 ਮਾਡਲ ਕੰਪਨੀ ਵੱਲੋਂ ਹੀ ਡਬਲ ਕਲਚ ਆਇਆ ਟਰੈਕਟਰ ਹੈ 3000 ਫੂਡ ਤੇ ਜੇ ਆਪਾਂ ਗੱਲ ਕਰੀਏ ਇਨ੍ਹਾਂ ਜ਼ੌਹਰੀ ਬੰਦਿਆਂ ਦੀ ਸਰਦਾਰ ਹਰਮੀਲ ਸਿੰਘ ਕੌਣੀ ਤੇ ਸਰਦਾਰ ਕਾਕਾ ਨਵਾ ਕਿਲਾ ਜੀ ਜੋ ਕਿ ਕੋਈ ਜਾਣ ਪਹਿਚਾਨ ਦੇ ਮੋਤਾਜ ਨਹੀਂ ਸਰਦਾਰ ਕਾਕਾ ਨਵਾ ਕਿਲਾ ਜੀ ਕਿਉਂਕਿ ਕਬੂਤਰਬਾਜੀ ਦੀ ਦੁਨੀਆ ਦੇ ਵਿੱਚ ਇੱਕ ਬੇਤਾਜ ਬਾਦਸ਼ਾ ਹੈਗੇ ਸਰਦਾਰ ਕਾਕਾ ਨਵਾਂ ਕਿਲਾ ਜੀ ਤੀਜੀ ਪੀੜ੍ਹੀ 'ਚ ਜੇ ਗੱਲ ਕਰੀਏ ਸਰਦਾਰ ਕਾਕਾ ਨਵਾਂ ਕਿਲਾ ਜੀ ਤੇ ਚੌਥੀ ਪੀੜ੍ਹੀ ਜੋ ਇਹਨਾਂ ਦੇ ਸੁਪੁੱਤਰ ਜੀ ਆ ਉਹ ਵੀ ਉੱਚ ਕੋਟੀ ਦੀ ਪੜ੍ਹਾਈ ਕਰਕੇ ਕਬੂਤਰਬਾਜੀ ਦੀ ਦੁਨੀਆ ਦੇ ਵਿੱਚ ਆਏ ਆ ਤੇ ਜੇ ਆਪਾਂ ਗੱਲ ਕਰੀਏ ਇਸ ਟਰੈਕਟਰ ਬਾਰੇ ਤਾਂ 1968 ਮਾਡਲ ਕੰਪਨੀ ਵੱਲੋਂ ਹੀ ਡਬਲ ਕਲਚ ਤੇ ਰਿਮਾਂ ਦੀ ਗੱਲ ਕਰਗੇ ਐਡਜਸਟ ਹੁੰਦੇ ਰਹਿਮ ਬਹੁਤ ਹੀ ਕੋਸ਼ੇ ਦੇ ਵਿੱਚ ਵੱਖਰਾ ਵਾ ਇਸ ਟਰੈਕਟਰ ਦੇ ਵਿੱਚ ਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਰਦਾਰ ਸਾਹਿਬ ਉਹਨਾਂ ਨਾਲ ਸਰਦਾਰ ਹਰਮੇਲ ਸਿੰਘ ਕੌਣੀ ਨਾਲ ਸਰਦਾਰ ਕਾਕਾ ਨਵਾਂ ਕਿਲਾ ਜੀ ਨਾਲ ਕਿਉਂਕਿ ਜੱਦੀ ਪੁਸ਼ਟੀ ਇਹਨਾਂ ਨੂੰ ਸ਼ੌਂਕੀ ਸ਼ੌਂਕ ਜਿਹੜਾ ਸੀਗਾ ਵਿਰਾਸਤੀ ਮਿਲਿਆ ਇਹਨਾਂ ਨੂੰ ਸ਼ੌਂਕੀ ਹੈਗੇ ਕਬੂਤਰਬਾਜੀ ਦੇ ਨਾਲ ਦੀ ਨਾਲ ਫੋਰਡ ਟਰੈਕਟਰਾਂ ਦੇ 347610 ਫੋਰਡ ਦੋ ਟਰੈਕਟਰਾਂ ਬਾਰੇ ਅੱਜ ਆਪਾਂ ਗੱਲਬਾਤ ਕਰਨੀ ਹੈ ਜੋ ਕਬੂਤਰਬਾਜੀ ਦੇ ਸ਼ਕੀਨ ਆ ਜਾਂ ਇਹਨਾਂ ਦੇ ਸ਼ੰਗੈਰ ਦਾ ਜੋ ਇਹਨਾਂ ਦੇ ਘਰੇ ਇਹਨਾਂ ਨੂੰ ਮਿਲਣਾਉਂਦੇ ਆ ਫੋਟੋਆਂ ਖਿਚਵਾਉਣਾ ਦੇ ਨਾਲ ਦੀ ਨਾਲ ਇਹਨਾਂ ਟਰੈਕਟਰਾਂ ਨਾਲ ਵੀ ਇਹ ਜ਼ਰੂਰ ਉਹ ਵੀਰ ਫੋਟੋਆਂ ਖਿਚਵਾ ਕੇ ਜਾਂਦੇ ਆ ਤੇ ਅੱਜ ਆਪਾਂ ਪੂਰੀ ਗੱਲਬਾਤ ਇਹਨਾਂ ਨਾਲ ਕਰਨੀ ਆ ਤੇ ਚਲੋ ਕਰਦੇ ਆ ਵੀਡੀਓ ਨੂੰ ਸ਼ੁਰੂ ਆਪਾਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆ ਪਿੰਡ ਨਵਾਂ ਕਿਲਾ ਤੇ ਨਾਲ ਆਪਣੇ ਸਰਦਾਰ ਸਾਹਿਬ ਹੈਗੇ ਕਾਕਾ ਨਵਾਂ ਕਿਲਾ ਇੱਕ ਬਹੁਤ ਹੀ ਜਾਣਿਆ ਪਛਾਣਿਆ ਨਾਮ ਤੇ ਕਬੂਤਰਾਂ ਦੇ ਵਿੱਚ ਤੇ ਫੋਰ ਟਰੈਕਟਰਾਂ ਦਾ ਹੱਥੋਂ ਜਿਆਦਾ ਸ਼ਕੀਨ ਆ ਸਰਦਾਰ ਸਾਹਿਬ ਹੁਣੀ ਤੇ ਨਾਲ ਆਪਣੇ ਸਰਦਾਰ ਹਰਮੇਲ ਸਿੰਘ ਕੌਣੀ ਜਿਨ੍ਹਾਂ ਨੂੰ ਦਾ ਤੁਸੀਂ ਤਕਰੀਬਨ ਜਾਣਦੇ ਹੋਣਗੇ ਜਿੰਨੇ ਵੀ ਫੋਰ ਟਰੈਕਟਰ ਰੱਖਣ ਵਾਲੇ ਆ ਸਾਰੇ ਜਾਣਦੇ ਹੋਣਗੇ ਬਾਈ ਜੀ ਹੁਣਾਂ ਨੂੰ ਦੂਰ ਤੱਕ ਨਾਮ ਬਾਈ ਦਾ ਵੀ ਪੂਰਾ ਵਾ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਤੁਹਾਡਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਬਾਈ ਅੱਜ ਪਹਿਲੇ ਦਿਨ ਆਪਾਂ ਚੈਨਲ ਤੇ ਤੁਹਾਨੂੰ ਲੈ ਕੇ ਆਏ ਆ ਨਾ ਹਾਂਜੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਕੋਲੇ ਆ ਕੇ ਜਿਹੜੀ ਵੀਡੀਓ ਤਿਆਰ ਕਰਨ ਲੱਗੇ ਤੁਸੀਂ ਤੁਹਾਡਾ ਵੀ ਬਹੁਤ-ਬਹੁਤ ਧੰਨਈ ਤੁਹਾਡੇ ਚੈਨਲ ਦਾ ਵੀ ਧੰਨਵਾਦ ਜੀ ਧੰਨਵਾਦ ਤੇ ਸਰਦਾਰ ਸਾਹਿਬ ਇਹ ਜਿਹੜਾ ਆਪਣਾ ਟਰੈਕਟਰ ਆ ਜੀ ਤੇ ਟਰੈਕਟਰ ਚੱਲਿਆ ਵੀ ਬਹੁਤ ਘੱਟ ਆ ਹਨਾ ਜੀ ਤੇ ਇਹਦੇ ਬਾਰੇ ਦੱਸੋ ਵੀ ਇਹਦੇ ਵਿੱਚ ਖਾਸ ਚੀਜ਼ਾਂ ਕੀ ਆ ਕਿਉਂਕਿ ਇਹਦੇ ਵਿੱਚ ਖਾਸ ਚੀਜ਼ਾਂ ਕਾਫੀ ਆ ਇਹ ਇੱਕ ਤਾਂ ਥੋਟ ਮਾਡਲ ਹੈ ਅੱਛਾ ਜੀ ਡਬਲ ਕਲਚ ਕੰਪਨੀ ਦੰਗਲੈਂਡ ਦਾ ਠੀਕ ਆ ਜੀ ਤੇ ਆ ਜਿਹੜਾ ਕਮਲ ਰੈਡੀਏਟਰ ਨਾਲ ਦਾ ਸਾਇਲੈਂਸਰ ਨਾਲ ਦਾ ਤੇ ਆ ਮੰਨ ਲਓ ਅਗਲਾ ਹਿੱਸਾ ਤੇ ਮਗਲਾ ਹਿੱਸਾ 2 ਫੋਰ ਨਾ ਚੌੜਾ ਹੈ ਚੌੜਾ ਅਛਾ ਠੀਕ ਹੈ ਜੀ ਤੇ ਬਾਕੀ ਹਰੇਕ ਚੀਜ਼ ਨਾਲ ਦੀ ਕੋਈ ਚੀਜ਼ ਚ ਬਦਲੀ ਨਹੀਂ ਮੰਨ ਲਓ ਪਿਛਲੇ ਨਾਲ ਦੇ ਨਾਲ ਦੇ ਠੀਕ ਹੈ ਜੀ ਹਮ ਤੇ ਇਸ ਟਰੈਕਟਰ ਦੇ ਕਿਉਂਕਿ 68 ਜੇ ਕਹਿ ਦਿੰਦੇ ਸੀ ਵੀ ਡਬਲ ਕਲਚ ਨਹੀਂ ਆਉਂਦਾ ਸੀ ਪਹਿਲਾਂ ਤੇ ਇਹਦਾ ਕਿਉਂ ਇਹ ਆਇਆ ਕੀ ਚੱਕਰ ਬਣਿਆ ਇਹਦਾ ਜੀ ਇਸ ਬਾਰੇ ਪੂਰਾ ਨਹੀਂ ਪਤਾ ਬਾਈ ਜੀ ਉਹਨਾਂ ਨੂੰ ਪਤਾ ਹੋਊਗਾ ਬਾਈ ਜੀ ਤੁਸੀਂ ਕੁਝ ਇਸ ਬਾਰੇ ਦੱਸੋਗੇ ਹਾਂਜੀ ਬਾਈ ਜੀ ਇਹ ਕੰਪਨੀ ਫਿਟਡ ਡਬਲ ਕਲਚ ਹੈ ਇਹ ਅੱਛਾ ਜੀ 1968 ਰੂਟਰ ਪੰਪ ਚ ਸੀਗਾ ਇਹ ਇਹ ਠੀਕ ਹੈ ਜੀ ਤੇ ਇੱਕ ਇਹਦੇ ਜਿਵੇਂ ਮੰਨ ਲਓ ਬਾਹਰ ਬਰਫ਼ ਹੁੰਦੀ ਸੀ ਹਨਾ ਜੀ ਹਾਂਜੀ ਤੇ ਇਹਦੇ ਟੈਂਕੀ ਚੋ ਤੇਲ ਸਿੱਧਾ ਜਾ ਕੇ 에ਅਰ ਸਿਲੰਡਰ ਚ ਟਰੈਕਟਰ ਸਟਾਰਟ ਹੋ ਜਾਂਦਾ ਹੈ ਜਿਵੇਂ ਮੰਨ ਲਓ ਕੋਲਡ ਕਰਕੇ ਜਿਵੇਂ ਹਾਂ ਯੂ ਟੈਕਨੀਕ ਦਾ ਟਰੈਕਟਰ ਹੈ ਹਾਂਜੀ ਹਾਂਜੀ ਇੱਕ ਬਾਈ ਜੀ ਇਹਦੇ 1968 ਮਾਡਲ ਚ ਲੋ ਕਰਮ ਆਏ ਪਿਛਲੇ ਠੀਕ ਹੈ ਜੀ ਇਹ ਇੰਡੀਆ ਚ ਇੱਕੋ ਟਰੈਕਟਰ ਹੈ ਅੱਛਾ ਜੀ ਹਾਂਜੀ ਜੇ ਕੋਈ ਹੋਰ ਵੀ ਹੋਵੇ ਤਾਂ ਸਾਨੂੰ ਦੱਸੇ ਸਾਨੂੰ ਵੀ ਪਤਾ ਲੱਗਿਆ ਜੀ ਪਰ ਇੱਕੋ ਟਰੈਕਟਰ ਹੈ ਅੰਕਲ ਜੀ ਕੋਲ ਹੀ ਅੱਛਾ ਜੀ ਹਾਂਜੀ ਜੀ ਦੇ ਲੋ ਕਰਮ 3000 ਦੇ ਹੀ ਠੀਕ ਹੈ 1968 ਮਾਡਲ ਹੈ ਇਹ ਤੇ 90 ਵੋਲਟ ਸਭ ਕੁਝ ਇਹਦਾ ਜੈਨੂਨ ਹੈ ਕੋਈ ਨਹੀਂ ਖੁੱਲੇ ਅਗਲੇ ਬੈਰਿੰਗ ਵੀ ਨਾਲ ਦੇ ਆਈ ਅੱਛਾ ਜੀ ਅਗਲੇ ਬੈਰਿੰਗਾਂ ਦਾ ਗ੍ਰੀਸ ਵੀ ਇੰਗਲੈਂਡ ਵਾਲਾ ਹੈ ਇਹ ਚੱਲਿਆ ਵੀ ਬਹੁਤ ਘੱਟ ਆ ਹਾਂ ਘੱਟ ਚੱਲਿਆ ਜੀ ਬਹੁਤ ਘੱਟ ਹਾਂਜੀ ਅੱਛਾ ਜੀ ਚੱਲਿਆ ਬਹੁਤ ਘੱਟ ਆ ਜੀ ਤੇ ਇਹਦੇ ਪੂਰੇ ਇਹਦੀ ਪੂਰੀ ਜਾਣਕਾਰੀ ਆਪਾਂ ਨੂੰ ਦੋ ਆਪਾਂ ਪੰਪ ਤੋਂ ਸ਼ੁਰੂ ਕਰਦ ਗਏ ਹਨ ਜਿਵੇਂ ਇੱਕ ਤਾਂ ਡੀਜ਼ਲ ਪੰਪ ਹੋ ਗਿਆ ਹਾਂਜੀ ਇਹ ਰੂਟਰ ਪੰਪ ਆ ਗਿਆ ਜੀ ਅੱਛਾ ਜੀ ਰੂਟਰ ਪੰਪ ਚ ਆ ਗਿਆ ਹੀ ਇਹ ਠੀਕ ਹੈ ਸੈਲਫ ਵੀ ਨਾਲ ਦੀ ਹੈ ਜੀ ਮੇਡ ਇਨ ਇੰਗਲੈਂਡ ਆ ਫਿਲਟਰ ਬਾਡੀਆਂ ਵੀ ਨਾਲ ਦੀਆਂ ਜੀ ਅੱਛਾ ਜੀ ਈਵਨ ਇਹਦੀ ਜਿਹੜੀ ਚਿੜੀ ਆ ਉੱਪਰਲੀ ਉਹ ਵੀ ਇੰਗਲੈਂਡ ਦੀ ਹੈ ਜੀ ਸਾਇਲੈਂਸਰ ਵਾਲੀ ਹਾਂਜੀ ਹਾਂਜੀ ਅੱਛਾ ਜੀ ਇਹ ਟਰੈਕਟਰ ਫਿਰ ਚਲਾਇਆ ਘਟ ਕਿਉਂ ਜੀ ਖੜਾ ਹੀ ਕਿਉਂ ਰਿਹਾ ਜੀ ਗਵਰਨਮੈਂਟ ਕੋਟੇ ਦਾ ਟਰੈਕਟਰ ਸੀ ਅੱਛਾ ਜੀ ਤੇ ਆਏ ਕਿੱਥੋਂ ਸੀ ਇਹ ਟਰੈਕਟਰ ਇਹ ਆਏ ਪਟਿਆਲਿਓਂ ਪਟਿਆਲਿਓਂ ਅੱਛਾ ਜੀ ਤੋਂ ਮਲੋਟ ਆ ਗਈ ਮਲੋਟੋਂ ਚ ਸੇਲ ਕੀਤਾ ਠੀਕ ਹੈ ਤੇ ਉਸ ਤੋਂ ਪਹਿਲਾਂ ਬਾਈ ਜਿਵੇਂ ਤੁਸੀਂ ਦੱਸਦੇ ਵੀ ਆਂਧਰਾ ਪ੍ਰਦੇਸ਼ ਚ ਵੀ ਇਹ ਟਰੈਕਟਰ ਰਹੇ ਹਾਂ ਹਾਂਜੀ 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 ਇਹ ਆਂਧਰਾ ਚੋਂ ਆਇਆ ਪਿੱਛੋਂ ਆਂਧਰਾ ਦਾ ਨੰਬਰੀਆ ਇਹਦਾ ਜੀ ਅੱਛਾ ਜੀ ਆਂਧਰਾ ਚੋਂ ਮਾਲਕ ਪਟਿਆਲੇ ਵਾਲਿਆਂ ਨੇ ਲੈ ਲਿਆ ਹੋਊਗਾ ਜੀ ਠੀਕ ਹੈ ਉੱਥੋਂ ਫਿਰ ਇਹ ਮਲੋਟ ਆ ਗਈ ਠੀਕ ਹੈ ਜੀ ਮਲੋਟ ਤੋਂ ਫਿਰ ਇਹ ਲੈ ਜਾਂਦਾ ਇਹ ਆਲੇ ਦੁਨੋਂ ਅੰਕਲ ਜੀ ਨੇ ਆ ਪਾਈਪ ਵੀ ਇੰਗਲੈਂਡ ਦੀ ਜੀ ਅੱਛਾ ਜੀ ਅਜੇ ਤੱਕ ਨਾਲ ਨਾਲ ਦੀ ਓਰੀਜਨਲ ਹੈ ਜੀ ਉਹ ਉੱਪਰ ਟੱਕਲ ਆ ਟੱਕਲ ਮੇਡ ਇੰਗਲੈਂਡ ਆ ਵੀ ਮੇਡ ਇੰਗਲੈਂਡ ਰੈਡੀਟਰ ਵੀ ਨਾਲ ਦਾ ਹੀ ਰੈਡੀਟਰ ਨਾਲ ਫੇਮਕੋ ਫੇਮਕੋ ਦਾ ਫੇਮਕੋ ਦਾ ਰੈਡੀਟਰ ਨਾਲ ਯਾਰ ਨਾਲ ਹੀ ਲਿਖਿਆ ਫੇਮਕੋ ਸਾਰੀ ਸਭ ਚੁੱਟੀ ਓਰੀਜਨਲ ਹੈ ਜੀ ਜਿਹੜਾ ਇਹਦੇ ਚ ਉਹ ਆਉਂਦੇ ਆ ਸੀਗਾ ਪਾਈਪ ਕਿਹੜੇ ਆਉਂਦੇ ਆ ਜੀ ਉਹ ਇੱਕ ਮਿੰਟ ਇੱਥੇ ਲੱਗਾ ਪੁਰ ਜਾ ਆ ਆ ਜਲਦੀ ਆ ਵੀ 1 ਮਿੰਟ ਨੂੰ ਆ ਪਰ ਜਾ ਅੱਛਾ ਜੀ ਇਹ ਟੈਂਕੀ ਦੇ ਵਿੱਚ ਆਉਂਦਾ ਹੈ ਹਵਾ ਇੱਥੋਂ ਹੀ ਖੈਦਾ ਮਤਲਬ ਡੀਜੀ ਦੀ ਵਾਲੀ ਹਵਾ ਹਾਂਜੀ ਆ ਲੱਗਾ ਇਹ ਤਾਂ ਮੜੇ ਨਾਲ ਸਟਾਰਟ ਹੁੰਦਾ ਪਰ ਉੱਤੇ ਬਰਫ ਰੱਖ ਦਿਓ ਅੱਛਾ ਜੀ ਠੀਕ ਆ ਤੇ ਇਹ ਤੁਸੀਂ ਇੱਕ ਦੱਸਦੇ ਆਪਾਂ ਵੀ ਆਰਮ ਟਰੈਕਟਰ ਨਾਲ ਬਈ ਚੌੜਾ ਵੀ ਜ਼ਿਆਦਾ ਹੈ ਹਨਾ ਹਾਂਜੀ ਹਾਂਜੀ ਇਹਦਾ ਜਿਹੜਾ ਫਰੰਟ ਹੈਗਾ ਇਹ ਐਕਸਲਾਂ ਦਾ ਵੀ ਫਰਕ ਹੈ ਤੇ ਫਰੰਟ ਜਿਹੜਾ ਇਹ ਸਿੱਧੀਆਂ ਫੱਟੀਆਂ ਇਹ ਚੌੜੀਆਂ ਜੀ ਅੱਛਾ ਜੀ ਹਾਂਜੀ ਹਾਂਜੀ ਆ ਰੇਮਾਟ ਆ ਰੇਮਾਟ ਖੁੱਲਦਾ ਹੈ ਉੱਪਰਲਾ ਆਜ ਆ ਸਿਸਟਮ ਅੰਦਰਲਾ ਅੱਡ ਜੋੜਦਾ ਇੰਨਾ ਚੌੜਾ ਜਿਨਾ ਆਏ ਤੇ ਖੁੱਲਾ ਵੀ ਹੋ ਜਾਂਦਾ ਹੈ ਨਾ ਇਹ ਤੇ ਹਾਂਜੀ ਇਹ ਚਾਰੇ ਨਾਟਾ ਏ ਢਿੱਲੇ ਕਰੋਈ ਤੇ ਇਹਨੂੰ ਅੰਦਰ ਕਰ ਦੋਈ ਕੋਈ ਆਲੂਆਂ ਦਾ ਕੰਮ ਲੈਣਾ ਜੀ ਇਹ ਪੀੜਾ ਹੋ ਜਾਂਦਾ ਜੀ ਇਹ ਜੀ ਤੁਸੀਂ ਇਹਨੇ ਵੀ ਆਪਣੇ ਕੋ ਵੀ ਇੱਕ ਹੀ ਟਰੈਕਟਰ ਹੀ ਦੇਖਿਆ ਸਾਡੇ ਇੰਡੀਆ ਚ ਇੱਕ ਹੀ ਦੇਖਿਆ ਆਪਾਂ ਦਾ ਜੀ ਠੀਕ ਹੈ ਜੀ ਹਾਂਜੀ ਆ ਆ ਦੇਖੋ ਜੀ ਆ ਚੀਜ਼ਾਂ ਜਵਾਂ ओरिजिनल ਪੰਨਾਂ ਸਾਂ ਆ ਵਾਲੀਆਂ ਬਿਲਕੁਲ ਜੀ ਇੰਦਰ ਵੀ ਆ ਦੇਖੋ ਏਟ ਵੀ ਜੈਨ ਹੋਣਾ ਜੀ ਨਾਲ ਦਾ ਪੇਂਟ ਆਈ ਇਹ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਪੀਟੀਓ ਵਾਲਾ ਕੱਪ ਵੀ ਨਾਲ ਦਾ ਹੀ ਇਹਦਾ ਉਹ ਵੀ ਨਹੀਂ ਖੋਲਿਆ ਹੀ ਵੀ ਟਰੈਕਟਰ ਜਿੰਨਾ ਵੀ ਹਜੇ ਤੱਕ ਰੱਖਿਆ ਹੈ ਨਾ ਵੀ ਇਹਦੇ ਮੀਟਰ ਵੀ ਕੁਝ ਵੱਖਰੇ ਆਉਂਦੇ ਸੀ ਹੈ ਨਾ ਬਿਲਕੁਲ ਜੀ ਬਿਲਕੁਲ ਮੀਟਰ ਵੀ ਇਹਦਾ ਡਿਜੀਟਲ ਸੀ ਉਸੇ ਟਾਈਮਾਂ ਹਾਂ ਜੀ ਆਮ ਮੀਟਰਾਂ ਨਾਲ ਉਹ ਕੁਝ ਵੱਖਰਾ ਹੈ ਵੱਖਰਾ ਵੱਖਰਾ ਹੀ ਵੱਖਰਾ ਹਾਂ ਜੀ ਹਾਂ ਜੀ ਇਹ ਵੀ ਬਹੁਤ ਸਾਫ਼ ਪਿਆਈ ਹੈ ਜੇ ਤੇ ਇਹ ਡਬਲ ਕਲਚ ਜ਼ਿਆਦਾ ਤਾਂ ਨਹੀਂ ਆਏ ਟਰੈਕਟਰ ਬਈ ਹੈ ਨਾ ਨਹੀਂ ਜੀ ਨਹੀਂ ਇਹ ਬਸ 68 ਚ ਹੀ ਆਇਆ ਈ ਇਹੀ ਵੇਖਿਆ 68 ਚ ਕੋਈ 69 ਚ ਆਇਆ ਹੋਊਗਾ ਇਹ 70 ਚ ਫਿਰ ਇਹ ਆ ਗਿਆ ਈ ਦੂਜਾ ਆਪਣਾ ਅੱਛਾ ਜੀ ਹਾਂਜੀ ਉਹਦੇ ਆ ਲੋਕ ਰੈਮ ਨਹੀਂ ਹੋਣਗੇ ਈ ਠੀਕ ਹੈ ਹਾਂਜੀ ਹਾਂਜੀ ਵੀ ਇਹ ਇੱਕ ਇੱਕ ਦਾ ਪੀਸ ਆਪਣੇ ਦਾ ਮੇਰੇ ਹਿਸਾਬ ਨਾਲ ਹੁਣ ਇੱਕ ਪੀਸ ਰਹਿ ਗਿਆ ਹੋਊਗਾ ਬਾਈ ਹਨਾ ਆਪਣੇ ਹਾਂਜੀ ਹਾਂਜੀ ਆਪਣੇ ਇੱਕ ਪੀਸ ਹੀ ਹਾਂਜੀ ਬਾਕੀ ਟਰੈਕਟਰ ਚੱਲਿਆ ਬਹੁਤ ਘੱਟ ਏ ਸਲੈਂਸਰ ਤੋਂ ਦੇਖੋ ਹੀ ਇਹ ਰੰਗ ਹੀ ਨਹੀਂ ਲੱਗਾ ਈ ਠੀਕ ਹੈ ਇਹਨੂੰ ਸਲੈਂਸਰ ਆਈ ਇਹਦਾ 골ਡਨ ਤੇ ਦੂਸਰੀ ਸਾਈਡ ਤੇ ਵੀ ਆ ਜਾਓ ਜੀ ਥੋੜਾ ਇਹਦੇ ਬਾਰੇ ਵੀ ਦੱਸੋ ਇਧਰਲੀ ਸਾਈਡ ਬਾਰੇ ਵੀ ਹਮਪਨ ਨਾਲ ਰਿ ਅੱਛਾ ਜੀ ਲਿਫਟ ਪੰਪ ਨਾਲ ਦਾ ਆ ਇਹ ਚੇਂਜ ਕੀਤਾ ਇਹ ਪਹਿਲਾਂ ਪਿਆ ਆਪਣਾ ਡੈਨਮੋ ਪਿਆ ਆਣ ਠੀਕ ਹੈ ਤੇ ਇਹ ਬਾਈ ਅੰਦਾਜ਼ਾ ਕਿੰਨੇ ਘੰਟੇ ਚੱਲ ਗਿਆ ਹੋਗਾ ਟਰੈਕਟਰ ਅੰਦਾਜ਼ਾ ਹੀ ਇਹ ਪਹਿਲਾਂ ਸੀ ਹਾਂਜੀ ਉਹ 60 ਪੈਸੇ ਸੀ ਸੁੱਕੇ ਗਏ ਸੀ ਅੱਛਾ ਜੀ ਬਾਕੀ ਵਾਈ ਚੱਲਿਆ ਬਸ ਮਨ ਨੂੰ ਵਾਈ ਚੰ ਚੱਲਿਆ ਲਿੰਕਾਂ ਨੂੰ ਕਹ ਨਹੀਂ ਸੀ ਤੇ ਮਗਰ ਅੱਛਾ ਮੂਝ ਲੜਕ ਨੂੰ ਜਹਾਜ਼ ਖਿੱਚਣਾ ਸੇ ਹੋਰ ਚੀਜ਼ ਵਾਸਤੇ ਹੋਣਾ ਸੀ ਇਹਦੇ ਪੇਂਟ ਤੋਂ ਪਤਾ ਲੱਗਦਾ ਜੀ ਬਸ 2500 ਘੰਟਾ 2000 ਦਾ ਇੰਨਾ ਕ ਚੱਲਿਆ ਹੋਊਗਾ ਜੀ ਠੀਕ ਹੈ ਹਾਂਜੀ ਹਾਂਜੀ ਜੀ ਇਹ ਚੀਜ਼ਾਂ ਹੋਵੇ ਨਾਲ ਦੀਆਂ ਫੈਂਕੋ ਦੀ ਉਵੇਂ ਹੀ ਹੈ ਜੀ ਕਸੀਆਂ ਨਹੀਂ ਇਹ ਚੀਜ਼ਾਂ ਹੀ ਬਿਲਕੁਲ ਪਲੇ ਨਹੀਂ ਹਾਂਜੀ ਹਾਂਜੀ ਗੀਅਰ ਲੀਵਰ ਚ ਪਲੇ ਨਹੀਂ ਕੀ ਪੈਡਲ ਦਾ ਨਾ ਤੇ ਤੁਸੀਂ ਦੇਖੋ ਹੀ ਇਹ ਪੇਂਟ ਹੀ ਲੱਥਾ ਜੀ ਲੱਥਾ ਨਹੀਂ ਹਾਂਜੀ 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 ਆਮ ਬੰਦੇ ਨੂੰ ਨਹੀਂ ਪਤਾ ਜਿਹੜਾ ਡਲਗਲਾ ਚੋਗੇ ਦੇ ਬਰਾਬਰ ਹੋਊਗਾ ਅੱਛਾ ਜੀ ਇਹ ਦੇ ਬਰਾਬਰ ਵੇਖਣ ਦੀ ਲੋੜ ਨਹੀਂ ਪਿੱਛੋਂ ਵੇਖਣ ਦੀ ਲੋੜ ਨਹੀਂ ਅੱਛਾ ਜੀ ਆ ਚੀਜ਼ ਇਹ ਮਿਲਦੀ ਹੋਊਗੀ ਡਵਲ ਕਲਚ ਹੋਊਗਾ ਠੀਕ ਹੈ ਜੀ ਜਿਹਨੂੰ ਲਿਆ ਉਹਨੂੰ ਨਹੀਂ ਪਤਾ ਡਵਲ ਕਲਚ ਆ ਹਾਂ ਜੀ ਹਾਂ ਜੀ ਹਾਂ ਜੀ ਮਾਲਵਾਨਾ ਜਮਾ ਪਈ ਹੈ ਆ ਖੜਕਦਾ ਤੇ ਤੁਸੀਂ ਕਿੰਨਾ ਕੁ ਚਲਾਇਆ ਇਹਨੂੰ ਚਲਾਇਆ ਕੇ ਲਿਆ ਕੇ ਬਸ ਖੜਿਆ ਲਿਆ ਸੀ ਅੰਕਲ ਮਸਾਂ 100 ਘੰਟੇ ਚਲਾਇਆ ਹੁਣ 100 ਘੰਟਾ ਅੱਛਾ ਜੀ ਤੇ ਇਹ ਖਚਾਈ ਖੁਈ ਕਿੰਨੀ ਕਰਾਉਂਦੇ ਸੀ ਕਿਵੇਂ ਕਿੰਨੇ ਕਲਟੀਵੇਟਰ ਬਹੁਤ ਬਹੁਤ ਚਾਹੀਏ ਅੱਛਾ ਜੀ ਇਹ ਪਿਸਟਨ ओरिजिनल ਨਾਲ ਦੀ ਹੈ ਦੇਵਲ ਕਲਾਚ ਤੋਂ ਲਿਆ ਕੰਮ ਕਿ ਨਹੀਂ ਨਹੀਂ ਡਵਲ ਕਲਾਚ ਤੋਂ ਕੰਮ ਨਹੀਂ ਲਿਆ ਠੀਕ ਅਸੀਂ ਇਹ ਚੀਜ਼ ਵਧੀਆ ਕੀ ਆ ਮਨ ਹੋਰ ਲੰਡੂ ਟਰੈਕਟਰ ਜੋੜ ਲਾਂਗੇ ਇਹਨੂੰ ਕੋਈ ਜੋੜਨਾ ਅਛਾ ਲਈਏ ਬਸ ਸ਼ੌਂਕ ਨੂੰ ਹੀ ਰੱਖਿਆ ਹੋਇਆ ਹੈ ਗਹਿਣਾ ਬਣਾ ਕੇ ਰੱਖ ਲਿਆ ਬਸ ਵੀ ਆਪਾਂ ਨੂੰ ਸ਼ੌਂਕ ਹੈ ਵੀ ਜਿਹੜੀ ਚੀਜ਼ ਆਪਣੇ ਉਹ ਹੋਵੇ ਜਿਹੜੇ ਕਿਸੇ ਨੂੰ ਨਾ ਹੋਵੇ ਹਾਂਜੀ ਹੂੰ ਠੀਕ ਹੈ ਪਵਿਆਂ ਪਨ ਜਲੌਣ ਤੋਂ ਪਵੇਂ ਖੜਾ ਹੀ ਰਿਹਾ ਵੇਖ ਆਪਾਂ ਸ਼ੋਅ ਵਾਸਤੇ ਰੱਖਿਆ ਸੀ ਅੱਜ ਹੀ ਹੁਣ ਤਾਂ ਹੀ ਹੁਣ ਅਸੀਂ ਕਣਕ ਇਸ ਨਾਲ ਬੀਜੀ ਆ ਜੀ ਠੀਕ ਹੈ ਜੀ ਮੋਲ ਕਣਕ ਨੇੜੇ ਛੋਟਾ ਨਾ ਨੇੜੇ ਮੁੜ ਜਾਂਦਾ ਉੱਤੇ ਹਾਂਜੀ ਹਾਂਜੀ ਹੁਣ ਕਣਕ ਸਾਰੀ ਇਸ ਨਾਲ ਬੀ ਤੇ ਕਿੰਨਾ ਟਾਈਮ ਹੋ ਗਿਆ ਅੰਕਲ ਆਪਣੇ ਕੋਲੇ ਆਇਆ ਨੋ ਇਹ ਤਾਂ 10 ਕੁ ਸਾਲ ਹੋ ਗਣੀਆਂ ਠੀਕ ਹੈ ਤੇ ਭਾਈ ਜਿਵੇਂ ਤੁਸੀਂ ਦਾ ਟਰੈਕਟਰਾਂ ਦਾ ਪੂਰਾ ਫੋਰ ਟਰੈਕਟਰਾਂ ਬਾਰੇ ਕਾਫੀ ਨੌਲੇਜ ਆ ਵੀ ਇਹ ਟਰੈਕਟਰ ਵਾਕਿਆ ਤੁਹਾਨੂੰ ਲੱਗਦਾ ਹੀ ਆ ਨਾ ਵੀ ਕੋਈ ਚੀਜ਼ ਵੱਖਰੀ ਇਹਦੇ ਚ ਭਾਈ ਜੀ ਹਾਂ ਜੀ ਬਹੁਤ ਵੱਖਰੀ ਚੀਜ਼ ਆਈ ਹੈ ਮੂਹਰ ਤੋਂ ਲੈ ਕੇ ਪਿੱਛੋਂ ਤੀਕ ਸਾਰਾ ਵੱਖਰਾ ਹੀ ਆਈ ਹੈ ਇਹ ਅੱਛਾ ਜੀ ਸਟਰਟਰ ਮਨ ओरिजिनल ਦਾ ਠੀਕ ਹੈ ਇੱਕ ਅੰਕਲ ਜਿਹੜਾ ਦੂਸਰਾ ਟਰੈਕਟਰ ਆਪਣਾ ਇਹ ਕਿਹੜਾ ਜੀ ਇਹ 76 ਦਾ ਜੀ अच्छा जी। हूं। ਇਹ ਕਿਹੜਾ ਮਾਡਲ ਆ? 1983 83 ਮਾਡਲ। ਇਹ ਵੀ ਇਹ ਉਦੋਂ ਦਾ ਲਿਆ ਜਾਂ ਬਾਅਦ ਚ ਲਿਆ। ਇਹ ਪਹਿਲਾਂ ਲਿਆ ਪੰਜ ਚ ਲਿਆ ਸੀ। ਅੱਛਾ ਜੀ। हूं। ਠੀਕ ਆ। ਇਹ ਕਿੰਨੇ ਹॉर्सपावर ਚ ਆ? 110 110 ਹॉर्सपावर ਚ ਆ। ਆ ਜੋ ਜੀ ਇਹਦੇ ਬਾਰੇ ਵੀ ਦੱਸੋ ਥੋੜਾ ਜਿਹਾ ਜਾਣਕਾਰੀ ਦਿਓ। ਟਰਬੋ ਇੰਜਨ ਦਾ। ਅੱਛਾ ਜੀ। ਟਰਬੋ ਇੰਜਨ। ਇਹ ਉਦੋਂ ਫਿਰ ਟਰਬੋ ਆਉਂਦੇ ਸੀ ਇਹ। ਹੂੰ। ਬਾਈ ਉਦੋਂ ਟਰਬੋ ਫਿਰ ਬਹੁਤ ਘੱਟ ਹੀ ਆਏ ਹੁੰਦੇ ਹਨਾ। ਹਾਂਜੀ ਹਾਂਜੀ ਬਾਈ ਜੀ ਉਹ ਇਹਦੇ ਤੋਂ ਪਹਿਲਾਂ ਆਏ ਸੀਗੇ 7000 ਆਏ ਸੀਗੇ ਜੀ। ਅੱਛਾ ਜੀ। ਫਿਰ ਉਦੋਂ ਬਾਅਦ ਇਹਦੇ ਕ੍ਰੈਂਕ ਚ ਤੇ ਕੇਮ ਸ਼ਾਫਟ ਚ ਫਰਕ ਪਾ ਕੇ ਹੀ ਹਾਂਜੀ ਇਹਨੂੰ ਟਰਬੋ ਲਾ ਕੇ ਫਿਰ ਇਹਨੂੰ 110 ਹਾਰਸ ਪਾਵਰ ਬਣਾਤਾ ਹੀ ਬਿਲਕੁਲ ਨਹੀਂ ਅੱਛਾ ਗਲਾ ਸਕਦੇ ਹੋ ਪਾਣੀ ਦਾ ਡੁੱਲੂ ਨੂੰ ਅੱਛਾ ਜੀ ਇਹਦੇ ਨਾਲ ਪਤਾ ਨਹੀਂ ਇਹਦੇ ਜੀ ਇਹਦੇ ਵਿੱਚ ਆਪਣੇ ਕ੍ਰੈਂਕ ਦੇ ਵਿੱਚ ਉਹ ਲੱਗਾ ਵਾਈਬ੍ਰੇਸ਼ਨ ਹਾਂ ਮਾਈਲੈਂਸਰ ਹੁੰਦਾ ਹੀ ਅੱਛਾ ਜੀ ਹਾਂਜੀ ਹਾਂਜੀ ਉਹਦੇ ਨਾਲ ਫਿਰ ਵਾਈਬ੍ਰੇਸ਼ਨ ਨਹੀਂ ਕਰਦਾ ਹੀ ਠੀਕ ਹੈ ਉਹ ਤਕਨੀਕ ਜਾਂ ਤਾਂ ਇਹਦੇ ਚਾਹੀਏ ਜਾਂ ਕਬੂਟਾ ਚਾਹੀਏ ਹੁਣੀ ਕਬੂਟਾ ਚਾਹੀਏ ਹਾਂਜੀ ਤੇ ਇਹਨਾਂ ਦਾ ਪੁਰਜਾ ਲੱਗਦਾ ਹੈ ਤਾਂ ਅੱਛਾ ਜੀ ਉਹ ਕਲੀਨਕ ਦੇ ਨਾਲ ਫਿੱਟ ਹੁੰਦਾ ਹੈ ਜਮਾਂ ਬਿਲਕੁਲ ਸਟਾਰਟ ਕਰਨ ਤੋਂ ਦਿਖਾ ਦਾਂਗੇ ਇਥੇ ਚੀਰ ਰੱਖ ਦਾਂਗੇ ਮਡ ਗਾਰਦ ਸਿਰ ਦਾਂਗੇ ਜਮਾਂ ਸਲੋਚ ਵੀ ਐ ਨਹੀਂ ਕਰੂਗਾ ਤੰਬਦਾ ਨਹੀਂ ਬਿਲਕੁਲ ਦੇਖ ਸੁਬਰੀਕਾ ਚੇਲਦੀਆਂ ਅੱਛਾ ਜੀ ਉਹ ਉਸ ਟਾਈਮ ਆਈਆਂ ਠੀਕ ਹੈ ਹੂੰ ਤੇ ਇਹ 110 ਹੌਸਪਾਵਰ ਜਿਹੜਾ ਹੈ ਨਾ ਤੇ ਡਬਲ ਕਲਚ ਹੈ ਜੀ ਇਹ ਡਬਲ ਕਲਚ ਠੀਕ ਹੈ ਤੇ ਇਹਦਾ ਬਈ ਕਲਚ ਫਿਰ ਜਿਵੇਂ 6600 ਵਾਂਗੂ ਮੰਗ ਰਾਂ ਜਾਂ ਹਾਂਜੀ ਹਾਂਜੀ ਬਾਈ ਜੀ ਇਹਦੀ ਪੀਟੀਓ ਜਿਹੜੀ ਉਹ ਪਾਵਰ ਹੈਗੀ ਲੈਦਰ ਤੇ ਹੀ ਅੱਛਾ ਹਾਂਜੀ ਬਸ ਸਿੱਧਾ ਤੁਸੀਂ ਕਲਚ ਲਾਓ ਲੀਵਰ ਲਾਓ ਬਸ ਲੀਵਰ ਲਾਓ ਤੇ ਬਸ ਇਹ ਕਲਚ ਨਾਲ ਕੋਈ ਨਹੀਂ ਐ ਅੱਛਾ ਪ੍ਰੈਸ਼ਰ ਤੇ ਆਪਣੇ ਲਿਫਟ ਅੱਛਾ ਜੀ ਇਹ ਉਹ ਸਿਸਟਮ ਇਹਦਾ ਖਰਾਬ ਹੈ ਜਿਹਨੂੰ ਮਿਲਣਗੇ ਜਿ ਮਿਲਿਆ ਨਹੀਂ ਠੀਕ ਹੈ ਜੀ ਉਹ ਮਨ ਲੋ ਉਹਦਾ ਪ੍ਰੈਸ਼ਰ ਚੱਕਰ ਬਹੁਤ ਵੱਜ ਜਾਂਦੇ ਠੀਕ ਹੈ ਹੂੰ ਇਹਦਾ ਪਾਵਰ ਵੀ ਬਾਈ ਜੀ ਬਹੁਤ ਵਧੀਆ ਹੀ ਇਹ ਮੈਨੂਅਲ ਵੀ ਹੋ ਜਾਂਦਾ ਪਾਵਰ ਵੀ ਹੋ ਜਾਂਦਾ ਜੀ ਇਹ ਦੋਨੋਂ ਦੋਨੋਂ ਆਪਸ਼ਨ ਆ ਜਾਂਦੇ ਦੋਨੇ ਆਪਸ਼ਨ ਆ ਹਾਂ ਜੀ ਕੋਈ ਨਹੀਂ ਅੱਛਾ ਜੀ ਹਾਂ ਜੀ ਇਹ ਕਿੱਥੇ ਲੱਗਿਆ ਇਹਦਾ ਪਾਵਰ ਵਾਲਾ ਇਹਦੇ ਵਿੱਚ ਬਸ ਆਹੀ ਵਿੱਚ ਹੀ ਇਹਦੇ ਅੱਛਾ ਜੀ ਆ ਇਹਦਾ ਪਾਵਰ ਪੰਪ ਇਹਦੇ ਵਿੱਚ ਹੀ ਹੈ ਜੀ ਜੀ ਹਾਂ ਜੀ ਇਹਦੇ ਚ ਹੀ ਪਾਵਰ ਪੰਪ ਹੀ ਹੈ ਪੰਪ ਆ ਪੰਪ ਲਗਾਉਣਾ ਹਾਈਡਰੌਲਿਕ ਪੰਪ ਇਹ ਆ ਗਿਆ ਜੀ ਆ ਜਿਹੜਾ ਆਰਮੀ ਟੋਲਾ ਉਹ ਹੋ ਗਿਆ ਜੀ ਉਹ ਕਿਤੇ ਖਰਾਬ ਹੋ ਗਿਆ ਤਾਂ ਮੈਨੂਅਲ ਹੋ ਜਾਂਦਾ ਜੀ ਅੱਛਾ ਜੀ ਹਾਂਜੀ ਇਹ ਨਹੀਂ ਗੱਲ ਵੀ ਤੁਹਾਡਾ ਟਰੈਕਟਰ ਰੁਕ ਜੂਗਾ ਕਿਤੇ ਠੀਕ ਹੈ ਪੰਪ ਇਹ ਹਾਂਜੀ ਇਹ ਹਾਈਡਰੌਲਿਕ ਪੰਪ ਇਹ ਆ ਜੀ ਇਹ ਵੀ ਜੈਨਨ ਨਾਲ ਦਾ ਹੀ ਆ ਜੀ ਜਰਮਨ ਦਾ ਹੈ ਅੱਛਾ ਜੀ ਇਹ ਜਰਮਨ ਦਾ ਪੰਪ ਇਹ ਬਾਅਦ ਵਿੱਚ ਲਾਇਆ ਹੋਇਆ ਕਿ ਨਾਲ ਦਾ ਨਾਲ ਦਾ ਨਾਲ ਦਾ ਅੱਛਾ ਜੀ ਇਹਦਾ ਉੱਪਰ ਨੰਬਰ ਵੀ ਅਗਲੇ ਪਾਸੇ ਉਹ ਜੈਨਨ ਆਈ ਹੈ ਮਾਡਲ ਦੇ ਨਾਲ ਹੀ ਆਵੇ ਹਾਂਜੀ ਇਹ ਪੰਪ ਨਾਲ ਦਾ ਹੀ ਹੈ ਤੇ ਕੋਈ ਇਹਦੀ ਰਿਪੇਅਰ ਨਹੀਂ ਕਰਾਈ ਹਜੇ ਤੱਕ ਜੀ ਠੀਕ ਹੈ ਹਾਂਜੀ ਹਾਂਜੀ ਤੇ ਇਹ ਟਰੈਕਟਰ ਕਿੰਨਾ ਕ ਚੱਲਿਆ ਜੀ ਇਹ ਟਰੈਕਟਰ ਵੀ ਕੋਈ ਬਾਲਾ ਜਾਦੇ ਨਹੀਂ ਚੱਲਿਆ ਇਹ ਬਸ ਇਹਦੀ ਇੱਕ ਜੋੜੀ ਹੋਈ ਕਸਾਈ ਸੀਗੀ ਉਸ ਤੋਂ ਬਾਅਦ ਥੋੜਾ ਜਿਹਾ ਇਹ ਬਾਹਰ ਖੜਿਆ ਜੇ ਰਹਿ ਕਰਕੇ ਆਏ ਹੋ ਗਏ ਜੀ ਟਰੈਕਟਰ ਵੀ ਘਾਟੀ ਚੱਲਿਆ ਹਾਂਜੀ ਸਾਰਾ ਪੇਂਟ ਇਹਦਾ ਜੈਨੂਇਨ ਹੀ ਹੈ ਜੀ ਜੰਨਾ ਵੀ ਹੈ ਅਰੇ ਮੇਰੀ ਮਾੜੀ ਮੋਟੀ ਪਲੇ ਵੀ ਹੈ ਟਾਪਟ ਉਪਰ ਰੀਨਲ ਜਮਾ ਨਹੀਂ ਖੁੱਲਿਆ ਟਾਪਾ ਵੀ ਅੱਛਾ ਜੀ ਹੂੰ ਤੇ ਇਹ ਇਹ ਤਾਂ ਫਿਰ ਕੰਮ ਲਿਆ ਇਸ ਟਰੈਕਟਰ ਤੋਂ ਕਿ ਆਪਣੇ ਟਰੈਕਟਰ ਖੜੇ ਹੀ ਨਹੀਂ ਕੰਮ ਲਿਆ ਹੈ ਤੁਮ ਅੱਛਾ ਜੀ ਦੂਜੀ ਆਈ ਜੋ ਆਪਣੇ ਕਲਟੀਵੇਟਰ ਹੈ ਉਹ 17 ਖਿੱਚ ਲੈਂਦਾ ਹੈ ਅੱਛਾ ਜੀ ਪਤਾ ਨਹੀਂ ਲੱਗਦਾ ਇਹਨੂੰ ਖਾਲੀ ਪਰ ਆਉਂਦਾ ਹੈ ਠੀਕ ਹੈ ਜੀ ਤੇ ਮਗਰਲੇ ਇਸ ਬਾਰੇ ਵੀ ਦੱਸੋ ਇਹਦੇ ਜੀ ਤੇ ਆ ਰਿੰਮ ਜਿਹੜੇ ਇਹ ਤਾਂ ਬਾਅਦ ਵਿੱਚ ਚੇਂਜ ਕੀਤੇ ਹਾਂਜੀ ਇਹਦੇ ਬਾਅਦ ਚੇਂਜ ਕਰੇ ਹਾਂਜੀ ओरिजिनल ਰਿੰਮ ਆਉਂਦੇ ਸੀ ਉਹ ਟਾਇਰ ਨਹੀਂ ਮਿਲਦੇ ਅੱਛਾ ਜੀ ਫਿਰ ਇਹ ਰਿੰਮ ਬਦਲਨੇ ਪਏ ਠੀਕ ਹੈ ਇਹ ਜਿੰਨੇ ਵੀ ਜਨਕਿ ਇੰਗਲੈਂਡ ਵਾਲਾ ਟਰੈਕਟਰ ਉਹ ਪਤਲਾ ਹੀ ਟਾਇਰਾਂ ਚ ਆਏ ਹਨ ਹਾਂਜੀ ਹਾਂਜੀ ਬਾਈ ਜੀ ਹਾਂਜੀ ਉਹ ਫਿਰ ਵਿੱਚੋਂ ਜੇ ਕੁਝ ਬੰਦ ਹੋ ਗਏ ਸੀ ਹੁਣ ਤਾਂ ਆਪਣੇ ਵੀ ਬੀਕੇਟੀ ਨੇ ਫਿਰ ਲਾਂਚ ਕਰਤੇ ਸੀ ਹਾਂਜੀ ਪਹਿਲਾਂ ਬੰਦ ਹੋ ਗਏ ਸੀ ਉਹ ਟਾਇਰ ਹੀ ਉਹ ਫਿਰ ਤਾਂ ਕਰਕੇ ਰਿਮ ਚੇਂਜ ਕਰਨੇ ਪਏ ਠੀਕ ਆਹ ਸਟਿੱਕਰ ਦੇਖੋ ਤੁਸੀਂ ਨਾਲ ਦੇ ਆ ਦੇ ਸਟਿੱਕਰ ਸਾਰੇ ਉਵੇਂ ਦੇ ਉਵੇਂ ਪਏ ਆਂ ਜੀ ਹਾਂਜੀ ਇਹ ਕੁਝ ਟਾਈਮ ਟਰੈਕਟਰ ਪਹਿਲਾਂ ਬਾਹਰ ਖੜਿਆ ਰਹੀ ਅੱਛਾ ਜੀ ਹੁਣ ਤਾਂ ਸੰਭਾਈ ਪੂਰੀ ਹੈ ਦੀ ਹਾਂਜੀ ਬਾਕੀ ਆ ਆ ਨਿਕਲਦੇ ਆ ਨਾ ਜੀ ਹਾਂਜੀ ਅਡਜਸਟਮੈਂਟ ਵਾਲੀਆਂ ਲਿੰਕਾਂ ਇਹਦੀਆਂ ਹਾਂਜੀ ਇਹ ਜੈਨੂਨ ਹੈ ਇਹਦੀਆਂ ਲੈਂਕਾ ਜੈਨ ਹੁਣ ਇਹਦੀਆਂ ਵਰਕ ਕਰਦੀਆਂ ਜੀ ਮਡਗੜ ਗਲੇ ਬਿਲਕੁਲ ਨਹੀਂ ਗਲੇ ਬਿਲਕੁਲ ਨਹੀਂ ਵੇਦੋ ਤੁਸੀਂ ਗਲੇ ਕੋਈ ਪੁਟੀਨ ਨਹੀਂ ਕੀ ਜੈਨ ਹੁਣ ਰੰਗ ਹੈ ਦਾ ਅੱਛਾ ਜੀ ਜੈਨ ਹੁਣ ਰੰਗ ਹੈ ਮਡਗੜ ਗਾਡਾਂ ਦਾ ਦੇਖ ਲਓ ਕੋਈ ਪੁਟੀਨ ਨਹੀਂ ਕਿਤੇ ਵੀ ਆਹ ਸਾਈਡ ਤੋਂ ਵੀ ਦਿਖਾ ਦਿਓ ਕੋਈ ਪੁਟੀਨ ਨਹੀਂ ਕੋਈ ਜੰਗਾਲ ਨਹੀਂ ਕੀ ਸਾਰੇ ਮਡਗੜ ਜੈਨ ਹੁਣ ਹੈ ਠੀਕ ਤੇ ਇਹਦੇ ਚ ਪੰਪ ਕਿਹੜਾ ਆਉਂਦਾ ਡੀਜ਼ਲ ਪੰਪ ਜੀ ਇਹਦੇ ਚ ਰੂਟਰ ਆਈ ਅੱਛਾ ਜੀ ਸੀ ਇਹ ਵੀ ਰੂਟਰ ਆਈ ਠੀਕ ਹੈ ਜੀ ਇਹ ਪੰਪੇ ਦਾ ਤੇ ਇਹ ਖੋਲਿਆ ਕਿ ओरिजिनल ਨਾਲ ਦਾ ओरिजिनल ਨਾਲ ਦਾ ਠੀਕ ਹੈ ਜੀ ਇਹ ਟਰੈਕਟਰ ਕਿੰਨੇ ਕ ਆਏ ਹੋਣਗੇ ਬਾਈ ਜੀ ਇਹ ਟਰੈਕਟਰ ਵੀ ਬਸ ਗਿਣਤੀ ਦੇ ਹੀ ਪੀਸ ਆਈ ਇਹ ਟਰੈਕਟਰ ਕੋਈ ਵੇਖੋ ਕੋਈ 5-7 ਹੀ ਦੇਖਦੇ ਆ ਆਪਾਂ ਤਾਂ ਹੀ ਸਾਰੇ ਅੱਛਾ ਜੀ ਹਾਂਜੀ ਹਾਂਜੀ ਬਸ ਇੰਨੇ ਕੀ ਆ ਹਾਂਜੀ ਵੈਸੇ ਫੋਰਡ ਨੇ ਮਾਡਲ ਬਹੁਤ ਜ਼ਿਆਦਾ ਕੱਢੇ ਹਨਾ ਜੀ ਜਿੰਨੇ ਵੀ ਕਹਿਦੀ ਹੋਈ ਘੱਟ ਉਹ ਨਹੀਂ ਹਾਂਜੀ ਬਿਲਕੁਲ ਜੀ ਬਿਲਕੁਲ ਉਹ ਗਿੱਲੇਵਾੜ ਜੋੜੇ ਆਣ ਲੱਗਦਾ ਬੰਦ ਹੈ ਅੱਛਾ ਜੀ ਮਤਲਬ ਜੰਮਾ ਆਵਾਜ਼ ਨਹੀਂ ਕਰਦਾ ਚੱਲਦਾ ਹੀ ਇਹ ਟਰੈਕਟਰ ਠੀਕ ਹੈ ਮਤਲਬ ਆਵਾਜ਼ ਬਿਲਕੁਲ ਨਹੀਂ ਜੰਮਾ ਤੇ ਹੁਣ ਕਰੀਏ ਨੂੰ ਇੱਕ ਵਾਰ ਸਟਾਰਟ ਜੀ ਹਾਂ ਕਰ ਲੈਣ ਕਰੀਏ ਕਰੀਏ ਸਟਾਰਟ ਤੇਰੀ ਜੀ ਆਵਾਜ਼ ਆ ਰਹੀ ਹੈ ਹਾਂ ਜੀ ਹਾਂ ਜੀ ਸਾਇਲੈਂਟ ਚੱਲਦਾ ਜੀ ਇਹ ਟਰੈਕਟਰ ਬਹੁਤ ਹਾਂਜੀ ਦੋਸਤੋ ਆਪਾਂ ਦੋਨੋਂ ਟਰੈਕਟਰ ਤੁਹਾਨੂੰ ਅੱਜ ਦਿਖਾ ਦਿੱਤੇ ਆ ਤੇ ਬਾਈ ਉਹਨਾਂ ਨੇ ਪੂਰੀ ਡਿਟੇਲ ਨਾਲ ਜਾਣਕਾਰੀ ਦੇਤੀ ਇਹਨਾਂ ਟਰੈਕਟਰਾਂ ਬਾਰੇ ਵੀ ਇਹਦੇ ਵਿੱਚ ਕੀ ਕੀ ਖਾਸ ਆਉਂਦਾ ਸੀਗਾ ਤੇ ਆਹ ਟਰੈਕਟਰ ਜਿਹੜਾ ਜਿਵੇਂ ਇੱਕੇ ਦੱਸਿਆ ਵੀ ਇਹ ਤਕਰੀਬਨ ਇੱਕ ਹੀ ਟਰੈਕਟਰ ਲੱਗਦਾ ਸਾਨੂੰ ਤਾਂ ਵੀ ਬਾਈ ਉਹ ਨਹੀਂ ਦੱਸਦੇ ਵੀ ਜਿਆਦਾ ਪਤਾ ਨਹੀਂਗਾ ਹਜੇ ਵੀ ਹੋ ਸਕਦਾ ਕਿ ਇਹ ਹੋਰ ਵੀਰ ਕੋਲੇ ਵੀ ਸੰਭਿਆ ਪਿਆ ਹੋਵੇ ਪਰ ਜਿਆਦਾ ਨਹੀਂ ਪਤਾ ਹਣਾ ਜੀ ਤੇ ਜੇ ਬਾਹਰਲੇ ਜਾਂ ਬਾਹਰ ਇੰਗਲੈਂਡ ਦੇ ਵਿੱਚ ਹੋਵੇ ਜਾਂ ਕੁਛ ਉਹ ਵੱਖਰੀ ਗੱਲ ਉਹ ਵੱਖਰੀ ਗੱਲ ਆ ਇੰਡੀਆ 'ਚ ਕੋਈ ਹੋਵੇ ਤਾਂ ਸਾਨੂੰ ਦੱਸੇ ਹੈਨਾ ਆਪਾਂ ਨੂੰ ਪਤਾ ਲੱਗੇ ਬਾਈ ਜੀ ਹਾਂਜੀ ਹਾਂਜੀ ਪਤਾ ਲੱਗੇ ਸਾਨੂੰ ਵੀ ਇਹ ਟਰੈਕਟਰ ਦੇ ਵਿੱਚ ਵਾਕੇ ਕੁਛ ਖਾਸ ਜਾਂ ਬਾਈ ਸੁਖਦੀਪ ਨਾਲ ਸੰਪਰਕ ਕਰਨ ਨੂੰ ਵੀ ਭਾਈ ਸਾਡੇ ਕੋਲੇ ਵੀ ਹੈ ਟਰੈਕਟਰ ਤੇ ਆਪਾਂ ਨੂੰ ਪਤਾ ਲੱਗੇ ਹੈਨਾ ਤੇ ਜੇ ਕੋਈ ਸੇਲ ਵੀ ਕਰਦਾ ਹੋਵੇ ਇਹ ਟਰੈਕਟਰ ਇਹਦੇ ਨਾਲ ਦਾ ਤਾਂ ਆਪਾਂ ਬਾਈ ਖਰੀਦਣ ਦੇ ਵਿੱਚ ਆ ਬਣ ਗਏ ਬਿਲਕੁਲ ਜੀ ਬਿਲਕੁਲ ਜੇ ਕੋਈ ਸੇਲ ਕਰਦਾ ਹੋਇਆ ਤਾਂ ਆਪਾਂ ਖਰੀਦਾਂਗੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਜੀ ਥੋੜਾ ਵੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਸਾਹਿਬ ਧੰਨਵਾਦ ਜੀ ਤੁਹਾਡਾ ਥੋੜਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਨੂੰ ਧੰਨਵਾਦ ਜੀ ਕਿਰਗਿਸਰ ਬਾਈ